ਸਤਿ ਸ੍ਰੀ ਅਕਾਲ ਜੀ। ਇਸ ਵਕਤ ਅਸੀਂ ਮੈਲਬਰੋਜ ਫੈਕਟਰੀ ਜੀਰਾ ਦੇ ਬਿਲਕੁਲ ਸਾਹਮਣੇ ਆ। ਭਗਵੰਤ ਮਾਨ ਨੇ ਅੱਜ ਐਲਾਨ ਕਰ ਦਿੱਤਾ ਕਿ ਜੀਰਾ ਮੈਲਬਰੋਜ ਫੈਕਟਰੀ ਬੰਦ ਹੋਵੇਗੀ। ਪਿਛਲੇ 6 ਮਹੀਨੇ ਤੋਂ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਦੇ ਖਿਲਾਫ ਇਲਾਕੇ ਦੇ ਲਗਭਗ 20 ਪਿੰਡਾਂ ਨੇ ਇੱਥੇ ਧਰਨਾ ਲਾਇਆ ਸੀ, ਮੋਰਚਾ ਲਾਇਆ ਸੀ ਤੇ ਭਗਵੰਤ ਮਾਨ ਦੇ ਨਾਲ ਪੂਰੇ ਮੋਰਚੇ ਵਿੱਚ ਖੁਸ਼ੀ ਦੀ ਲਹਿਰ ਹੈ। ਅੱਜ ਅਸੀਂ ਤੁਹਾਨੂੰ ਇਸ ਅਜਿਹੀ ਸ਼ਖਸੀਅਤ ਨੂੰ ਮਿਲਾ ਲਵਾਂਗੇ ਜੋ ਬਹੁਤ ਹੀ ਚਰਚਾ ਦਾ ਵਿਸ਼ਾ ਰਹੀ। ਪਿਛਲੇ ਦਿਨ ਇਸ ਮਾਤਾ ਦੀ ਇੱਕ ਵੀਡੀਓ ਫੋਟੋ ਵਾਇਰਲ ਹੋਈ ਸੀ ਜੋ ਲੱਖਾਂ ਹੀ ਲੋਕਾਂ ਨੇ ਪਸੰਦ ਕੀਤੀ। ਉਹ ਮਾਤਾ ਕੌਣ ਸੀ? ਉਹ ਮਾਤਾ ਸੀ ਰਣਜੀਤ ਕੌਰ ਉਰਫ ਜੀਤੋ ਮਾਈ, ਪਿੰਡ ਮਨਸੂਰਵਾਲ ਕਲਾਂ ਦੀ ਉਹ ਜੀਤੋ ਬਾਈ, ਜਿਸ ਨੇ ਪਿਛਲੇ 6 ਮਹੀਨੇ ਦੇ ਉੱਤੇ ਇੱਥੇ ਰੌਣਕਾਂ ਲਾਈਆਂ ਹੋਈਆਂ। ਹਰ ਕਦੀ ਹਰਮਨ ਪਿਆਰੀ ਮਾਤਾ ਬਣ ਗਈ ਆ ਤੇ ਅੱਜ ਅਸੀਂ ਗੱਲ ਕਰਦੇ ਉਹਨਾਂ ਬਾਰੇ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਹੋ ਜਿਹਾ ਮਹਿਸੂਸ। ਹਾਂਜੀ ਮਾਤਾ ਜੀ, ਸ਼ਾਂਤਮਈ ਰੱਖਣੀ ਆ, ਕਿਸੇ ਨੂੰ ਆਪਾਂ ਰੌਲਾ ਨੀ ਪਾਉਣਾ ਤੇ ਠੀਕ ਆ। ਚੱਲ ਹੁਣ ਇਹ ਬੋਲਿਆ ਸਾਡੇ ਨਾਲ ਸਹੀ ਰਵੇ, ਜਾਣੇ ਸਹੀ ਬਚਨ ਕੀਤੇ ਮਹਾਰਾਜ, ਉਹਨੂੰ ਭਾਗ ਲਾਵੇ ਭਗਵੰਤ ਮਾਨ ਨੂੰ ਵੀ। ਅਸੀਂ ਉਹਦਾ ਮਾੜਾ ਨੀ ਸੋਚਿਆ, ਨਾ ਸੋਚਿਆ ਸੀ, ਅਸੀਂ ਤਾਂ ਉਹਨੂੰ ਮੰਤਰੀ ਬਣਾਇਆ ਤੇ ਅਸੀਂ ਅੱਜ ਉਹਦਾ ਮਾੜਾ ਨੀ ਸੋਚਣਾ। ਹਾਂਜੀ, ਨਾ ਉਹ ਸਾਡਾ ਸੋਚੇ ਛਾਵਾ ਚ ਜਿਹਨੇ ਅੱਜ ਐਲਾਨ ਕਰਤਾ ਮਹਾਰਾਜ ਉਹਦੀ ਮਨੋਕਾਮਨਾ ਪੂਰੀ ਕਰੇ। ਹਾਂਜੀ ਮਾਤਾ ਜੀ, ਤੁਸੀਂ ਇੱਥੇ 6 ਮਹੀਨੇ ਇੱਥੇ ਲੋਕਾਂ ਦੀ ਸੇਵਾ ਕੀਤੀ, ਤੁਸੀਂ ਕੋਈ ਨਹੀਂ ਵੇਖਿਆ? ਹਾਂਜੀ, ਕੋਈ ਵੇਖਿਆ ਨਹੀਂ ਤੁਸੀਂ, ਮਤਲਬ ਛੋਟਾ ਵੱਡਾ ਆਪ ਖੁਦ ਸੇਵਾ ਕੀਤੀ ਤੇ ਉਹ ਕਿਹੋ ਜਿਹਾ ਸਮਾਂ ਸੀ, ਕੋਈ ਯਾਦ ਆਊਗਾ ਜੀ? ਹਾਂਜੀ ਆਊਗਾ ਯਾਦ, ਬਸ ਮਾਨ ਨੀਵਿਆਂ ਨੂੰ ਭਾਗ ਲੱਗਦੇ, ਪੁੱਤ ਮਾਨ ਨੀਵਾਂ ਹੀ ਰੱਖਿਆ ਵੀ ਜੇ ਆਪਾਂ ਨੀਵੇਂ ਹੋ ਚੱਲਾਂਗੇ ਆਪਣੇ ਬੱਚਿਆਂ ਦਾ ਤਾਂ ਹਰੇਕ ਹੀ ਪਿਆਰ ਕਰਦਾ, ਠੀਕ ਆ ਨਾ। ਮੈਨੂੰ ਪਰ ਮਹਿਸੂਸ ਨਹੀਂ ਦਿਲ ਦੇ ਵਿੱਚ ਵੀ ਜਿਹੜੇ ਮੇਰੇ ਬੱਚਿਆਂ ਦੇ ਹਾਣੀ ਉਹ ਮੈਨੂੰ ਆਪਦੇ ਪੁੱਤਾਂ ਤੋਂ ਬੱਚਿਆਂ ਤੋਂ ਪਿਆਰੇ ਲੱਗੇ। ਪੰਜਾਬ ਸਾਰਾ ਮੈਂ ਬਹੁਤ ਪਿਆਰ ਕਰੂੰਗੀ ਜਿੰਨਾ ਚਿਰ ਮੇਰੀ ਜ਼ਿੰਦਗੀ ਆ। ਹੁਣ ਠੀਕ ਆ, ਆਹ ਸਾਡਾ ਮੋਰਚਾ ਫਤਿਹ ਹੋ ਗਿਆ, ਫਿਰ ਮੈਂ ਚੰਡੀਗੜ੍ਹ ਵੀ ਜਾ ਰਹੀ ਹਾਂ, ਦਿੱਲੀ ਵੀ ਗਈ ਹਾਂ, ਫਿਰ ਮੈਂ ਚੰਡੀਗੜ੍ਹ ਮੈਂ ਆਪਦੀ ਜ਼ਿੰਦਗੀ ਆਪਾਂ ਧਰਨਿਆਂ ਤੇ ਲਾਤੀ। ਮੈਨੂੰ ਕਿਸੇ ਦਾ ਪਿਆਰ ਨਹੀਂ ਆਉਂਦਾ, ਮੈਨੂੰ ਪਬਲਿਕ ਦਾ ਪਿਆਰ ਆ ਰਿਹਾ। ਮਤਲਬ ਜੀ ਇਸ ਧਰਨੇ ਤੋਂ ਇਲਾਵਾ ਹੋਰ ਕਿਸੇ ਧਰਨੇ 'ਚ ਵੀ ਤੁਸੀਂ ਗਏ ਜੀ? ਹਾਂ ਦਿੱਲੀ ਗਏ ਹਾਂ ਜੀ, ਡਿਕਰੀ ਬਾਰਡਰ ਤੇ। ਅੱਛਾ ਹਾਂਜੀ, ਉੱਥੇ ਵੀ ਸੇਵਾ ਕੀਤੀ ਜੀ? ਹਾਂ ਪੂਰੀ ਸੇਵਾ ਕੀਤੀ, ਹਾਂ ਜਸਾਗਰ ਵਾਲਾ ਸੀਗਾ, ਪੂਰੀ ਸੇਵਾ ਕੀਤੀ। ਸਾਰੇ ਉਧਰ ਸਾਰੇ ਲੁਧਿਆਣੇ ਜ਼ਿਲ੍ਹੇ ਦੇ ਮੈਨੂੰ ਸਾਰੇ ਮਿਲ ਕੇ ਗਏ ਵੀ ਮਾਤਾ ਬੈਠੀ ਆ। ਹਾਂ ਸਾਰੇ ਮਿਲ ਕੇ ਗਏ। ਹਾਂਜੀ ਮਾਤਾ ਜੀ, 6 ਮਹੀਨੇ ਹੋ ਗਏ ਤੁਹਾਨੂੰ ਇਹਨਾਂ ਲੋਕਾਂ ਦੇ ਨਾਲ ਰਹਿੰਦੇ ਆ ਮੋਰਚੇ 'ਚ, ਤੁਹਾਡੇ ਨਾਲ ਬਹੁਤ ਸਾਰੇ ਲੋਕ ਹੋਣੇ ਜੋ ਇੱਥੇ ਹੀ ਰਹੇ ਨੇ, ਕਈ ਤਾਂ ਘਰੇ ਵੀ ਨਹੀਂ ਗਏ ਹੋਣੇ ਤੇ, ਪਰ ਹੁਣ ਜਦੋਂ ਵਿਛੜੋਗੇ ਆਖਰ ਤਾਂ ਮੋਰਚੇ ਤੋਂ ਪਿਆਰ ਜਿੱਤ ਹੋ ਗਈ ਤੁਹਾਡੀ ਤੇ ਘਰੇ ਜਾਣਾ ਹੀ ਜਾਣਾ। ਹਾਂ ਜਾਣਾ ਹੀ ਜਾਣਾ ਹੈ। ਇਹੋ ਜਿਹਾ ਮਹਿਸੂਸ ਕਰੋਗੇ ਕਿਤੇ ਯਾਦ ਹੋਣਗੇ ਲੋਕ? ਹੋਣਗੇ, ਹਾਂ ਪਿਆਰ ਆ, ਪਿਆਰ ਪੈ ਗਿਆ ਬੱਚਿਆਂ ਨਾਲ ਪਿਆਰ। ਇਹ ਤਾਂ ਨਹੀਂ ਕਿਸੇ ਰਸਤੇ 'ਚ ਹਨੇਰਾ ਹੋ ਜੂਗਾ, ਜਿੱਥੇ ਆਵਾਜ਼ ਦਊਂਗੀ ਧਰਨੇ ਵਾਲੀ ਮਾਤਾ ਵੀ ਭੱਜੇ ਆਉਣਗੇ, ਮੈਨੂੰ ਕੋਈ ਨਹੀਂ। ਹੁਣ ਸਾਰਾ ਪੰਜਾਬ ਮੇਰੀ ਮੁੱਠ 'ਚ ਹੀ ਆ, ਜਿੱਥੇ ਮੈਂ ਜਾਊ ਮੈਨੂੰ ਕੋਈ ਫਿਕਰ ਨਹੀਂ ਮੈਂ ਕਿੱਥੇ ਰਾਤ ਰਵਾਂ, ਠੀਕ ਹੈ ਨਾ। ਬਣਾਇਆ ਬਣੀ, ਜੇ ਆਪਾਂ ਬਣਾਵਾਂਗੇ ਇੱਜ਼ਤ ਆਪਣੀ ਬਣਾਇਆ ਹੀ ਬਣਦੀ। ਮਾਤਾ ਜੀ ਇੱਕ ਚੀਜ਼ ਦੱਸੋ, ਇੱਥੇ ਸਾਰਾ ਕੁਝ ਛੱਡ ਜਾਣਾ, ਕੁਛ ਨਹੀਂ ਨਾਲ ਲੈ ਕੇ ਜਾਣਾ, ਨੇਕੀ ਲੈ ਕੇ ਜਾਣੀ ਬਸ, ਹੋਰ ਕੁਛ ਨਹੀਂ ਨਾਲ ਜਾਣਾ, ਪੈਸਾ ਧੇਲਾ ਸਭ ਇੱਥੇ ਛੱਡ, ਕੋਈ ਨਹੀਂ। ਹੁਣ ਸਾਰਾ ਪੰਜਾਬ ਮੇਰੀ ਮੁੱਠ 'ਚ ਹੀ ਆ, ਜਿੱਥੇ ਮੈਂ ਜਾਊ ਮੈਨੂੰ ਕੋਈ ਫਿਕਰ ਨਹੀਂ ਮੈਂ ਕਿੱਥੇ ਰਾਤ ਰਵਾਂ, ਠੀਕ ਹੈ ਨਾ। ਬਣਾਇਆ ਬਣੀ, ਜੇ ਆਪਾਂ ਬਣਾਵਾਂਗੇ ਇੱਜ਼ਤ ਆਪਣੀ ਬਣਾਇਆ ਹੀ ਬਣਦੀ। ਮਾਤਾ ਜੀ ਇੱਕ ਚੀਜ਼ ਦੱਸੋ, ਇੱਥੇ ਸਾਰਾ ਕੁਝ ਛੱਡ ਜਾਣਾ, ਕੁਛ ਨਹੀਂ ਨਾਲ ਲੈ ਕੇ ਜਾਣਾ, ਨੇਕੀ ਲੈ ਕੇ ਜਾਣੀ ਬਸ, ਹੋਰ ਕੁਛ ਨਹੀਂ ਨਾਲ ਜਾਣਾ, ਪੈਸਾ ਧੇਲਾ ਸਭ ਇੱਥੇ ਛੱਡ ਜਾਣਾ। ਇਹ ਉਹ ਮਾਤਾ ਜੀ ਸਨ ਜੋ ਲੋਕਾਂ ਦੀ ਪਿਛਲੇ 6 ਮਹੀਨੇ ਤੋਂ ਸੇਵਾ ਕਰਦੇ, ਇੱਕ ਇੱਥੇ ਮੋਰਚੇ ਤੇ ਨਹੀਂ ਪੂਰੀ ਦੁਨੀਆ ਵਿੱਚ ਇਹ ਮਾਤਾ ਦਾ ਨਾਮ ਹੈ, ਇਸ ਮਾਤਾ ਨੂੰ ਲੋਕ ਜਾਣਦੇ ਤੇ ਇਹ ਮਾਤਾ ਪਿਛਲੇ ਦਿਨ ਇੱਕ ਜਿਹੜੀ ਇਹਨਾਂ ਦੀ ਫੋਟੋ ਵਾਇਰਲ ਹੋਈ ਸੀ, ਪੂਰੇ ਲੋਕਾਂ ਨੇ ਇਹਨਾਂ ਨੂੰ ਸ਼ਾਬਾਸ਼ ਦਿੱਤੀ, ਮਾਣ ਸਤਿਕਾਰ ਦਿੱਤਾ ਤੇ ਅੱਜ ਮਾਤਾ ਨੇ ਤੁਹਾਡੀ ਮੁਲਾਕਾਤ ਕਰਾ ਕੇ ਸਾਨੂੰ ਖੁਸ਼ ਨੂੰ ਖੁਦ ਨੂੰ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਸੋ ਕਿਸਾਨਾਂ ਦੀ ਜਿੱਤ, ਇਹਨਾਂ ਨੂੰ ਬਹੁਤ ਬਹੁਤ ਵਧਾਈ, ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਤੇ ਭਗਵੰਤ ਮਾਨ ਜੀ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿ ਉਹਨੇ ਇੱਕ ਇਹਨਾਂ ਕਿਸਾਨਾਂ ਦਾ ਸਾਥ ਦਿੱਤਾ, ਇਨਸਾਨੀਅਤ ਦਾ ਸਾਥ ਦਿੱਤਾ, ਉਹ ਨਸਲਾਂ ਬਚਾਉਣ ਦੇ ਦਾ ਸਾਥ ਦਿੱਤਾ। ਸੋ ਅਸੀਂ ਵੀ ਆਪਦੇ ਅਦਾਰੇ ਵੱਲੋਂ ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ, ਖਾਸ ਕਰਕੇ ਇਹਨਾਂ ਮਾਈਆਂ ਦਾ ਜਿਨ੍ਹਾਂ ਨੇ ਆਪਣਾ ਪਰਿਵਾਰ ਛੱਡ ਕੇ, ਆਪਣੇ ਬੱਚਿਆਂ ਦਾ ਮੋਹ ਛੱਡ ਕੇ ਇੱਥੇ ਆਪਣੇ ਬੱਚਿਆਂ ਨੂੰ, ਨਵੇਂ ਬੱਚਿਆਂ ਨੂੰ ਅਪਣਾਇਆ ਤੇ 6 ਮਹੀਨੇ ਇੱਥੇ ਸੇਵਾ ਕੀਤੀ। ਹਰਜਿੰਦਰ ਸਿੰਘ ਕਤਨਾ, ਆਰ 90 ਨਿਊਜ਼, ਤਲਵੰਡੀ ਭਾਈ।